ਮੈਂ ਉੱਥੇ ਇੱਕ ਉਸ ਏਰੀਏ 'ਚ ਇੱਕ 4 ਸਾਲ ਦੀ ਬੱਚੀ ਦਾ ਰੇਪ ਹੋਇਆ, ਉਸ ਤੋਂ ਬਾਅਦ ਉਹਦਾ ਮਰਡਰ ਹੋਇਆ। ਮੈਂ ਉਸ ਕੇਸ ਦੇ ਰਿਗਾਰਡਿੰਗ SHO ਨੂੰ ਮਿਲੀ ਸੀ। ਬਸ ਮੇਰੀ ਸੈਕਿੰਡ ਮੀਟਿੰਗ ਸੀਗੀ SHO ਨਾਲ। ਮੈਂ 1 ਜਨਵਰੀ ਨੂੰ ਗਈ ਸੀ, ਉਦੋਂ ਉਹਨਾਂ ਨੇ ਮੇਰੇ ਤੋਂ ਟਾਈਮ ਮੰਗਿਆ ਸੀ ਕਿ ਮੈਮ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ, ਮੈਂ ਮਤਲਬ ਦੱਸਾਂਗਾ ਤੁਹਾਨੂੰ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਸੇ ਕਰਕੇ ਮੈਂ 1 ਜਨਵਰੀ ਤੋਂ 8 ਮੈਂ ਟਾਈਮ ਗੈਪ ਪਾ ਕੇ ਮੈਂ ਉਹਨਾਂ ਨੂੰ ਮਿਲਣ ਗਈ ਸੀ। ਅਤੇ ਉਹ ਜਿਹੜਾ ਜੋ ਕੁਛ ਉਹਨਾਂ ਨੇ ਕੰਮ ਕੀਤਾ, ਉਹ ਮੈਨੂੰ ਜਿਹੜਾ 1 ਨੂੰ ਦੱਸਿਆ ਸੀਗਾ, ਉਹੀ ਕੰਮ ਉਹ ਮੈਨੂੰ 8 ਤਾਰੀਖ ਨੂੰ ਵੀ ਦੱਸ ਰਹੇ ਸੀਗੇ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਤਾਂ ਤੁਸੀਂ ਮੈਨੂੰ ਦੱਸ ਚੁੱਕੇ ਹੋ, ਹੋਰ ਤੁਸੀਂ ਇਸ ਤੋਂ ਅੱਗੇ ਕੀ ਕੀਤਾ ਉਹ ਮੈਨੂੰ ਦੱਸੋ। ਇਹੀ ਮੈਂ ਉਹਨਾਂ ਤੋਂ ਬਾਰ ਬਾਰ ਪੁੱਛ ਰਹੀ ਹਾਂ। ਇਸੇ ਕਰਕੇ ਉਹਨਾਂ ਨੂੰ ਮਤਲਬ ਮੇਰੇ ਕੁਸ਼ਚਨ ਦਾ ਤਾਂ ਆਨਸਰ ਨਹੀਂ ਸੀਗਾ ਉਹਨਾਂ ਕੋਲ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ। ਬਸ ਉਹ ਗੁੱਸਾ ਉਹਨਾਂ ਦਾ ਜਿਹੜਾ ਸੀਗਾ ਉਹ ਤੁਸੀਂ ਸਾਰੇ ਦੇਖ ਰਹੇ ਹੋ। SHO ਕਾਫੀ ਅਗਰੈਸਿਵ ਹੋ ਗਏ। ਉਸ ਤੋਂ ਬਾਅਦ ਉਹਨਾਂ ਨੇ ਲੇਡੀ ਕਾਂਸਟੇਬਲ ਬੁਲਾਈ ਕਿ ਜੀ ਇਹਨੂੰ ਬਾਹਰ ਕੱਢੋ, ਅਤੇ ਉਹ ਮੈਨੂੰ ਮਤਲਬ ਇਹੀ ਪੁੱਛ ਰਹੇ ਵੀਡੀਓ 'ਚ ਇੰਨਾ ਲਾਊਡ ਹੋ ਕੇ ਕਿ ਤੂੰ ਕੌਣ ਆ, ਤੂੰ ਕਿਉਂ, ਮੈਂ ਤੈਨੂੰ ਜਵਾਬ ਦੇ ਨਹੀਂ ਆ, ਤੂੰ ਕੌਣ ਹੈ, ਤੂੰ ਮੇਰੇ ਤੋਂ ਪੁੱਛਣ ਵਾਲੀ ਕੌਣ ਹੈ, ਮੈਂ ਤੈਨੂੰ ਨਹੀਂ ਦੱਸਣਾ, ਤੂੰ ਚੱਲ ਇੱਥੋਂ, ਤੂੰ ਨਿਕਲ ਬਾਹਰ, ਗੈਟ ਆਊਟ ਕਰਕੇ ਉਹਨਾਂ ਨੇ ਮੈਨੂੰ ਬਾਹਰ ਕੱਢਿਆ। ਅੱਜ ਵੀ ਉਸ ਫੈਮਿਲੀ ਦੇ ਲਈ ਹੈ, ਉਸ ਬੱਚੇ ਦੇ ਲਈ ਹੈ, ਮੇਰਾ ਇਹ ਕੋਈ ਇਸ਼ੂ ਨਹੀਂ ਹੈ। ਉਹਨਾਂ ਨੇ ਮੇਰੇ ਨਾਲ ਕੀਤਾ, ਕੋਈ ਗੱਲ ਨਹੀਂ, ਬਟ ਮੈਂ ਇਹ ਦਿਖਾਉਣਾ ਹੈ ਕਿ ਜਦੋਂ ਕੇਸ ਇੱਦਾਂ ਦੇ ਹੋ ਵੀ ਜਾਂਦੇ ਹੈ ਨਾ, ਜਿੱਦਾਂ ਤੁਹਾਡੇ ਸਾਹਮਣੇ ਹੀ ਹੈ 4 ਸਾਲ ਦੇ, ਮਤਲਬ ਇੰਨੇ ਹੀਲੀਅਸ ਕੇਸ 'ਤੇ ਵੀ ਨਾ ਪੁਲਿਸ ਦਾ ਇਹ ਰੁੱਖ ਹੁੰਦਾ ਹੈ। ਮੈਂ ਪਹਿਲਾਂ ਵੀ ਹੋਰ ਵੀ ਕਿਤੇ ਧੱਕੇ ਖਾ ਚੁੱਕੀ ਹਾਂ, ਗਾਲਾਂ ਖਾ ਚੁੱਕੀ ਹਾਂ, ਬਟ ਕੇਸ ਸੋਲਵ ਨਹੀਂ ਹੁੰਦੇ। ਉਹਨੂੰ ਫੜਨਾ ਚਾਹੀਦਾ, ਉਸ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ, ਮੇਰਾ ਬਸ ਇਹੀ ਹੈ, ਮੇਰਾ ਕਿਸੇ ਨਾਲ ਕੋਈ ਪਰਸਨਲ ਇਸ਼ੂ ਨਹੀਂ ਹੈ। ਹਾਂ, ਲੇਕਿਨ ਜੇ ਉਧਰੋਂ ਮੇਰੇ 'ਤੇ ਕੁਛ ਕੋਈ ਕੇਸ ਹੋਊਗਾ ਜਾਂ ਕੋਈ ਐਲੀਗੇਸ਼ਨ ਲਾਇਆ ਜਾਊਗਾ, ਮੈਂ ਉਹਦਾ 1-to-1 ਆਨਸਰ ਦਊਂਗੀ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਥਾਣੇ ਅੰਦਰ ਇੱਕ NGO ਦੀ ਮਹਿਲਾ ਪਹੁੰਚਦੀ ਹੈ ਅਤੇ ਥਾਣੇਦਾਰ ਦੇ ਨਾਲ ਉਹਨਾਂ ਦੀ ਬਹਿਸ ਹੋ ਰਹੀ ਹੈ SHO ਦੇ ਨਾਲ, ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਦਰਅਸਲ ਉਹ ਮਹਿਲਾ ਇੱਕ 4 ਸਾਲ ਦੀ ਬੱਚੀ ਦੇ ਰੇਪ ਮਾਮਲੇ ਦੇ ਵਿੱਚ ਥਾਣੇ ਦੇ ਵਿੱਚ ਪਹੁੰਚੇ ਸੀਗੇ, ਜਿਸ ਤੋਂ ਬਾਅਦ ਗਹਿਮਾ ਗਹਿਮੀ ਇੱਥੋਂ ਤੱਕ ਵੱਧ ਜਾਂਦੀ ਹੈ ਕਿ ਉਹਨਾਂ ਨੂੰ ਥਾਣੇ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਅਤੇ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਜਾਂਦੀ ਹੈ ਅਤੇ ਉਹ NGO ਦੇ ਮਹਿਲਾ ਨੇਹਾ ਸ਼ਰਮਾ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕੀ ਮਾਮਲਾ ਸੀ, ਕਿਸ ਮਾਮਲੇ 'ਚ ਗਏ ਸੀਗੇ ਅਤੇ ਕੀ ਕੁਝ ਉਸ ਦਿਨ ਵਾਪਰਿਆ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਨੇਹਾ ਸ਼ਰਮਾ ਮੌਜੂਦ ਨੇ। ਮੈਮ, ਉਸ ਦਿਨ ਦੇ ਬਾਰੇ ਜਾਣਕਾਰੀ ਦਿਓ ਕਿ ਕਿੱਦਣ ਦੀ ਉਹ ਵੀਡੀਓ ਹੈ, ਕੀ ਕੁਝ ਹੋਇਆ ਸੀ, ਕਿਸ ਮਾਮਲੇ ਦੇ ਵਿੱਚ ਤੁਸੀਂ ਥਾਣੇ ਗਏ ਸੀ? ਜੀ ਮੈਮ, ਉਹ 8 ਤਾਰੀਖ ਦੀ ਵੀਡੀਓ ਹੈ, ਡਾਬਾ ਥਾਣਾ ਹੈ ਅਤੇ ਮੇਰੀ SHO ਦੇ ਨਾਲ ਗੱਲਬਾਤ ਹੋ ਰਹੀ ਹੈ ਉਸ ਵੀਡੀਓ 'ਚ। ਅਤੇ ਮੈਂ ਉੱਥੇ ਇੱਕ ਉਸ ਏਰੀਏ 'ਚ ਇੱਕ 4 ਸਾਲ ਦੀ ਬੱਚੀ ਦਾ ਰੇਪ ਹੋਇਆ, ਉਸ ਤੋਂ ਬਾਅਦ ਉਹਦਾ ਮਰਡਰ ਹੋਇਆ। ਮੈਂ ਉਸ ਕੇਸ ਦੇ ਰਿਗਾਰਡਿੰਗ SHO ਨੂੰ ਮਿਲੀ ਸੀ। ਮੈਮ, ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤਾਂ ਪਹਿਲਾਂ ਤਾਂ ਨੋਰਮਲ ਗੱਲਬਾਤ ਹੋ ਰਹੀ ਹੈ, ਤਾਂ ਤਲਖੀ ਇੰਨੀ ਕਿਵੇਂ ਵਧੀ ਕਿ ਇੱਕ ਦੂਸਰੇ ਤੁਹਾਡੀ ਬਹਿਸਬਾਜ਼ੀ ਦੇ ਵਿੱਚ ਗੱਲਬਾਤ ਤਬਦੀਲ ਹੋ ਜਾਂਦੀ ਹੈ, ਬਾਅਦ ਦੇ ਵਿੱਚ ਤੁਹਾਨੂੰ ਥਾਣੇ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ, ਗਹਿਮਾ ਗਹਿਮੀ ਕਿਵੇਂ ਵਧਦੀ ਹੈ? ਬਸ ਮੇਰੀ ਸੈਕਿੰਡ ਮੀਟਿੰਗ ਸੀਗੀ SHO ਨਾਲ। ਮੈਂ 1 ਜਨਵਰੀ ਨੂੰ ਗਈ ਸੀ, ਉਦੋਂ ਉਹਨਾਂ ਨੇ ਮੇਰੇ ਤੋਂ ਟਾਈਮ ਮੰਗਿਆ ਸੀ ਕਿ ਮੈਮ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ, ਮੈਂ ਮਤਲਬ ਦੱਸਾਂਗਾ ਤੁਹਾਨੂੰ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਸੇ ਕਰਕੇ ਮੈਂ 1 ਜਨਵਰੀ ਤੋਂ 8 ਮੈਂ ਟਾਈਮ ਗੈਪ ਪਾ ਕੇ ਮੈਂ ਉਹਨਾਂ ਨੂੰ ਮਿਲਣ ਗਈ ਸੀ। ਅਤੇ ਉਹ ਜਿਹੜਾ ਜੋ ਕੁਛ ਉਹਨਾਂ ਨੇ ਕੰਮ ਕੀਤਾ, ਉਹ ਮੈਨੂੰ ਜਿਹੜਾ 1 ਨੂੰ ਦੱਸਿਆ ਸੀਗਾ,
ਉਹੀ ਕੰਮ ਉਹ ਮੈਨੂੰ 8 ਤਾਰੀਖ ਨੂੰ ਵੀ ਦੱਸ ਰਹੇ ਸੀਗੇ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਤਾਂ ਤੁਸੀਂ ਮੈਨੂੰ ਦੱਸ ਚੁੱਕੇ ਹੋਰ ਤੁਸੀਂ ਇਸ ਤੋਂ ਅੱਗੇ ਕੀ ਕੀਤਾ ਉਹ ਮੈਨੂੰ ਦੱਸੋ। ਇਹੀ ਮੈਂ ਉਹਨਾਂ ਤੋਂ ਬਾਰ ਬਾਰ ਪੁੱਛ ਰਹੀ ਹਾਂ, ਇਸੇ ਕਰਕੇ ਉਹਨਾਂ ਨੂੰ ਮਤਲਬ ਮੇਰੇ ਕੁਸ਼ਚਨ ਦਾ ਤਾਂ ਆਨਸਰ ਨਹੀਂ ਸੀਗਾ ਉਹਨਾਂ ਕੋਲ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ, ਬਸ ਉਹ ਗੁੱਸਾ ਉਹਨਾਂ ਦਾ ਜਿਹੜਾ ਸੀਗਾ ਉਹ ਤੁਸੀਂ ਸਾਰੇ ਦੇਖ ਰਹੇ ਹੋ। ਜੀ ਮੈਮ, ਵੀਡੀਓ ਦੇ ਵਿੱਚ ਕੁਝ ਖਾਸ ਕਲੀਅਰ ਨਹੀਂ ਹੈ, ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਅਜਿਹਾ ਬਾਰ ਬਾਰ ਜਿਹੜੇ ਗੱਲ ਕਹੀ ਜਾ ਰਹੀ ਕਿ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢੇ ਗਏ ਨੇ, ਕਿਹਨਾਂ ਦੇ ਵੱਲੋਂ ਤੁਹਾਨੂੰ ਥਾਣੇ ਅੰਦਰ ਧੱਕੇ ਮਾਰੇ ਗਏ ਸੀ? ਹਾਂਜੀ, SHO ਕਾਫੀ ਅਗਰੈਸਿਵ ਹੋ ਗਏ, ਉਸ ਤੋਂ ਬਾਅਦ ਉਹਨਾਂ ਨੇ ਲੇਡੀ ਕਾਂਸਟੇਬਲ ਬੁਲਾਈ ਕਿ ਜੀ ਇਹਨੂੰ ਬਾਹਰ ਕੱਢੋ, ਅਤੇ ਉਹ ਮੈਨੂੰ ਮਤਲਬ ਇਹੀ ਪੁੱਛ ਰਹੇ ਵੀਡੀਓ 'ਚ ਇੰਨਾ ਲਾਊਡ ਹੋ ਕੇ ਕਿ ਤੂੰ ਕੌਣ ਆ, ਤੂੰ ਕਿਉਂ, ਮੈਂ ਤੈਨੂੰ ਜਵਾਬ ਦੇ ਨਹੀਂ ਆ, ਤੂੰ ਕੌਣ ਹੈ, ਤੂੰ ਮੇਰੇ ਤੋਂ ਪੁੱਛਣ ਵਾਲੀ ਕੌਣ ਹੈ, ਮੈਂ ਤੈਨੂੰ ਨਹੀਂ ਦੱਸਣਾ ਹੈ, ਤੂੰ ਚੱਲ ਇੱਥੋਂ, ਤੂੰ ਨਿਕਲ ਬਾਹਰ, ਗੈਟ ਆਊਟ ਕਰਕੇ ਉਹਨਾਂ ਨੇ ਮੈਨੂੰ ਬਾਹਰ ਕੱਢਿਆ। ਜੀ, ਇਸ ਤੋਂ ਪਹਿਲਾਂ ਕਿੰਨੀਆਂ ਮੀਟਿੰਗਸ ਹੋਈਆਂ ਸੀ ਤੁਹਾਡੀਆਂ SHO ਦੇ ਨਾਲ? ਮੈਂ ਦੱਸਿਆ ਤੁਹਾਨੂੰ, ਮੈਂ ਫਸਟ ਨੂੰ ਗਈ ਸੀ, ਫਸਟ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਟਾਈਮ ਦਿਓ, ਮੈਂ ਇੰਨਾ ਗੈਪ ਪਾ ਕੇ ਮੈਂ 8 ਤਾਰੀਖ ਨੂੰ ਗਈ ਸੀ, ਮੇਰੀ ਸੈਕਿੰਡ ਮੀਟਿੰਗ ਸੀਗੀ ਉਹਨਾਂ ਨਾਲ। ਮੈਮ, SHO ਦਾ ਵੀ ਬਿਆਨ ਸਾਹਮਣੇ ਆਇਆ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਡਮ ਯਾਨੀ ਕਿ ਤੁਸੀਂ ਤਕਰੀਬਨ 6 ਤੋਂ 7 ਵਾਰ ਉਹਨਾਂ ਦੇ ਕੋਲ ਜਾ ਚੁੱਕੇ ਹੋ, ਉਹਨਾਂ ਨੂੰ ਧਮਕਾਇਆ ਗਿਆ, ਥਾਣੇ ਦਾ ਘਿਰਾਵ ਕਰਨ ਦੀ ਗੱਲ ਕਹੀ ਗਈ ਅਤੇ ਇਸ ਦੇ ਨਾਲ ਕਿ ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ, ਇੰਟੈਂਸ਼ਨਲੀ ਇਹ ਵੀਡੀਓ ਬਣਾਈ ਹੈ, ਕੁਝ ਅਜਿਹਾ ਵੀ ਹੋਇਆ ਉੱਥੇ? ਨਹੀਂ ਮੈਮ, ਇੰਟੈਂਸ਼ਨਲੀ ਵੀਡੀਓ ਦਾ ਤਾਂ ਚਲੋ ਇਹ ਕਹਿ ਸਕਦੇ ਹੋ ਤੁਸੀਂ ਕਿ ਇੰਡਾ, ਕਿਉਂਕਿ ਮੈਂ ਫਸਟ ਨੂੰ ਜਿਹੜੀ ਉਹਨਾਂ ਦੀ ਲੈਂਗੁਏਜ ਸੀਗੀ ਉਹਦੇ ਅਕੋਰਡਿੰਗ ਹੀ ਮੈਂ ਇਹ ਚੀਜ਼ ਮੈਂ ਮਤਲਬ ਦਿਖਾਉਣਾ ਸੀ ਕਿ ਇਹ ਕਿਸ ਤਰੀਕੇ ਨਾਲ ਇੰਨੇ ਹੀਲੀਅਸ ਕ੍ਰਾਈਮ ਜਿਹੜਾ ਹੈ ਉਹ ਉਸ 'ਤੇ ਵੀ ਇਸ ਤਰੀਕੇ ਨਾਲ ਗੱਲ ਕਰਦੇ, ਇੰਨਾ ਕੋਈ ਜਵਾਬ ਨਹੀਂ ਹੈਗਾ। ਠੀਕ ਹੈ, ਜਦੋਂ ਮੈਂ ਫਸਟ ਨੂੰ ਗਈ ਤੀ ਮੇਰੇ ਨਾਲ 8-10 ਪਰਸਨ ਸੀਗੇ, ਉਹਨਾਂ ਦੀ ਵੀ ਟੀਮ ਬੈਠੀ ਸੀਗੀ। ਠੀਕ ਹੈ, ਉਸ ਉਹਦੇ ਇੰਨਾ ਕਰਾਊਡ ਹੋਣ ਤੋਂ ਬਾਵਜੂਦ ਵੀ ਉਹਨਾਂ ਨੇ ਮੇਰੇ ਨਾਲ ਉਸ ਤਰੀਕੇ ਨਾਲ ਗੱਲ ਕੀਤੀ ਸੀ ਕਿ ਮੈਨੂੰ ਉਹਨਾਂ ਦੀ ਵੀਡੀਓ ਬਣਾਉਣੀ ਪਈ। ਠੀਕ ਹੈ, ਬਸ ਇਹੀ ਰੀਜ਼ਨ ਸੀਗਾ ਕਿ ਉਹ ਕਹਿੰਦੇ ਕਿ ਮੈਂ ਥਾਣੇ ਦਾ ਘਿਰਾ ਕਰਨਾ ਜਾਂ ਮੈਂ ਉਹਨਾਂ ਨੂੰ 5-6 ਵਾਰੀ ਮਿਲੀ ਜਾਂ ਮੈਂ ਉਹਨਾਂ ਨੂੰ ਥਰੈਟ ਜਾਂ ਧਮਕੀਆਂ। ਮੈਮ, ਮੇਰਾ ਕੋਈ ਇੱਦਾਂ ਦਾ ਕੰਸਰਨ ਨਹੀਂ ਹੈ, ਮੇਰਾ ਕੋਈ ਪਰਸਨਲ ਇਸ਼ੂ ਨਹੀਂ ਹੈ SHO ਦੇ ਨਾਲ। ਠੀਕ ਹੈ, ਔਰ ਨਾ ਮੈਂ ਉਹਨਾਂ ਨੂੰ ਧਮਕੀਆਂ ਦੇਣੀਆਂ, ਕਿਉਂ ਦੇਣੀਆਂ ਧਮਕੀਆਂ? ਮੈਂ ਆਪਣੇ ਇੱਕ ਰੇਪ ਹੋਇਆ ਬੱਚੇ ਦੇ ਨਾਲ ਕੋਈ ਮਤਲਬ ਇੱਦਾਂ ਦੀ ਘਟਨਾ ਵਾਪਰੀ ਹੈ, ਮੈਂ ਉਹਦੇ ਕਰਕੇ ਉਹਨਾਂ ਨੂੰ ਮਿਲੀ ਹਾਂ, ਅਦਰਵਾਈਜ਼ ਮੈਨੂੰ ਉਹਨਾਂ ਨੂੰ ਮਿਲਣ ਦਾ ਵੀ ਕੋਈ ਰੀਜ਼ਨ ਨਹੀਂ ਸੀਗਾ। ਮੈਮ, ਤੁਸੀਂ ਇਸ ਮਾਮਲੇ ਦੇ ਵਿੱਚ ਹੁਣ ਜੋ ਤੁਹਾਡੇ ਨਾਲ ਕੱਲ੍ਹ ਗੱਲਬਾਤ ਹੋਈ ਹੈ ਬੀਤੇ ਦਿਨ ਦੀ, 8 ਤਰੀਕ ਦੀ ਉਹ ਵੀਡੀਓ ਹੈ, ਉਸ ਤੋਂ ਬਾਅਦ ਤੁਸੀਂ ਕਿਸੇ ਕੰਪਲੇਂਟ ਦਰਜ ਕਰਵਾਈ, ਕੋਈ ਗੱਲਬਾਤ, ਤੁਹਾਡੀ ਕਾਰਵਾਈ ਦੇ ਲਈ ਤੁਸੀਂ ਕਿਸੇ ਸੀਨੀਅਰ ਅਫੀਸ਼ੀਅਲ ਨਾਲ ਗੱਲਬਾਤ ਕੀਤੀ ਹੈ ਕਿ ਤੁਹਾਡੇ ਨਾਲ ਥਾਣੇ ਅੰਦਰ ਅਜਿਹਾ ਵਰਤਾਵ ਕੀਤਾ ਗਿਆ, ਕੋਈ ਤੁਹਾਡੇ ਵੱਲੋਂ ਕੰਪਲੇਂਟ ਦਿੱਤੀ ਗਈ ਹੈ? ਨਹੀਂ ਮੈਮ, ਮੈਂ ਦੇਣੀ ਵੀ ਨਹੀਂ, ਮੈਂ ਦੇਣੀ ਵੀ, ਕਿਉਂਕਿ ਮੇਰੀ ਫਾਈਟ ਇਹ ਨਹੀਂ ਹੈਗੀ, ਮੇਰੀ ਫਾਈਟ 1 SHO ਦੇ ਨਾਲ ਨਹੀਂ ਹੈਗੀ। ਇਹ ਤਾਂ ਇਹ ਹੁੰਦਾ ਹੈ, ਮੈਂ ਪਹਿਲਾਂ ਵੀ ਮੇਰੇ ਨਾਲ ਇੱਦਾਂ ਹੋ ਚੁੱਕਿਆ ਹੈ, ਮੈਂ ਉਹ ਵੀ ਫਾਈਲ ਨਹੀਂ, ਕੇਸ ਕੁਛ ਸੋਚਿਆ ਨਹੀਂ ਕਦੀ ਵੀ, ਮੈਂ ਹੁਣ ਵੀ ਨਹੀਂ ਸੋਚਿਆ, ਮੈਂ ਹੁਣ ਵੀ ਨਹੀਂ ਕਰਾਂਗੀ, ਕਿਉਂਕਿ ਜੇ ਮੈਂ ਇਹ ਕੰਮ ਕਰਨ ਲੱਗੀ ਫਿਰ ਇਹ ਦੂਜਾ ਕੰਮ ਤੁਰ ਪੈਣਾ। ਠੀਕ ਹੈ, ਇਹ ਮੇਰਾ ਕੰਮ ਨਹੀਂ ਹੈਗਾ, ਮੇਰੀ ਫਾਈਟ ਅੱਜ ਵੀ ਉਸ ਫੈਮਲੀ ਦੇ ਲਈ ਹੈ, ਉਸ ਬੱਚੇ ਦੇ ਲਈ ਹੈ, ਮੇਰਾ ਇਹ ਕੋਈ ਇਸ਼ੂ ਨਹੀਂ ਹੈ, ਉਹਨਾਂ ਨੇ ਮੇਰੇ ਨਾਲ ਕੀਤਾ ਕੋਈ ਗੱਲ ਨਹੀਂ। ਬਟ ਮੈਂ ਇਹ ਦਿਖਾਉਣਾ ਹੈ ਕਿ ਜਦੋਂ ਕੇਸ ਇੱਦਾਂ ਦੇ ਹੋ ਵੀ ਜਾਂਦੇ ਹੈ ਨਾ, ਜਿੱਦਾਂ ਤੁਹਾਡੇ ਸਾਹਮਣੇ ਹੀ ਹੈ 4 ਸਾਲ ਦੇ, ਮਤਲਬ ਇੰਨੇ ਹੀਲੀਅਸ ਕੇਸ 'ਤੇ ਵੀ ਨਾ ਪੁਲਿਸ ਦਾ ਇਹ ਰੁੱਖ ਹੁੰਦਾ ਹੈ। ਮੈਂ ਪਹਿਲਾਂ ਵੀ ਹੋਰ ਵੀ ਕਿਤੇ ਧੱਕੇ ਖਾ ਚੁੱਕੀ ਹਾਂ, ਗਾਲਾਂ ਖਾ ਚੁੱਕੀ ਹਾਂ, ਬਟ ਕੇਸ ਸੋਲਵ ਨਹੀਂ ਹੁੰਦੇ। ਠੀਕ ਹੈ, ਇਸ ਚੀਜ਼ ਨੂੰ ਜੇ ਤੁਸੀਂ ਅੱਗੇ ਹੋਰ ਵਧਾਓ ਕਿ ਮੇਰੇ ਨਾਲ ਹੋਇਆ SHO ਨੇ ਕੀਤਾ, ਜਾਂ ਮੈਂ ਵਧਾਵਾਂ ਜਾਂ SHO ਵਧਾਊਗਾ ਇਸ ਚੀਜ਼ ਨੂੰ, ਗੱਲ ਨੂੰ ਅੱਗੇ, ਤਾਂ ਇਹ ਇੱਕ ਬੜੀ ਅਜੀਬ ਜਿਹੀ ਗੱਲ ਹੈ, ਮੈਨੂੰ ਨਹੀਂ ਸਮਝ ਆ ਰਹੀ ਕਿ ਇਹ ਇੱਦਾਂ ਕਿਉਂ ਹੋਊਗਾ, ਬਟ ਇਹ ਨਹੀਂ ਹੋਣਾ ਚਾਹੀਦਾ। ਬਟ ਜਿਹੜਾ ਹੋਣਾ ਚਾਹੀਦਾ ਹੈ ਉਹ ਕੰਮ, ਉਸ ਉਹਨੂੰ ਜਿਹੜਾ
ਇਹ ਗਲਤ ਕੰਮ ਕਰਕੇ ਗਿਆ ਜਿਹਦੇ ਰਿਗਾਰਡਿੰਗ ਮੈਂ ਉਹਨਾਂ ਨੂੰ ਮਿਲਦੀ ਹਾਂ, ਉਹਨੂੰ ਫੜਨਾ ਚਾਹੀਦਾ, ਉਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ। ਮੇਰਾ ਬਸ ਇਹੀ ਹੈ, ਮੇਰਾ ਕਿਸੇ ਨਾਲ ਕੋਈ ਪਰਸਨਲ ਇਸ਼ੂ ਨਹੀਂ ਹੈ। ਹਾਂ, ਲੇਕਿਨ ਜੇ ਉਧਰੋਂ ਮੇਰੇ ਤੇ ਕੁਛ ਕੋਈ ਕੇਸ ਹੋਊਗਾ ਜਾਂ ਕੋਈ ਐਲੀਗੇਸ਼ਨ ਲਾਇਆ ਜਾਊਗਾ, ਮੈਂ ਉਹਦਾ 1-to-1 ਆਨਸਰ ਦਊਂਗੀ। ਮੇਰੇ ਕੋਲ ਹਰ ਚੀਜ਼ ਹੈ, ਹਰ ਕੁਐਸਚਨ ਦਾ ਆਨਸਰ ਹੈ SHO ਦੇ। ਮੈਮ, ਇੱਕ ਸੀਨੀਅਰ ਪੁਲਿਸ ਅਫੀਸ਼ੀਅਲ ਦਾ ਬਿਆਨ ਸਾਹਮਣੇ ਆਇਆ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ, ਡਿਟੇਲ ਦੇ ਵਿੱਚ ਤੁਹਾਨੂੰ ਵੀ ਸੰਬੰਧ ਕਰਕੇ ਸਾਰੀ ਜਾਂਚ ਕੀਤੀ ਜਾਵੇਗੀ, ਤੁਹਾਡਾ ਪੱਖ ਸੁਣਿਆ ਜਾਵੇਗਾ। ਜੇਕਰ ਉਹਨਾਂ ਦਾ ਕਹਿਣਾ ਕਿ ਪੁਲਿਸ ਅਫੀਸ਼ੀਅਲ ਗਲਤ ਹੋਣਗੇ, ਪੁਲਿਸ ਮੁਲਾਜ਼ਮ ਗਲਤ ਪਾਏ ਜਾਣਗੇ, ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇਗੀ, ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ? ਸੀਨੀਅਰ ਅਫੀਸ਼ੀਅਲਸ ਨੇ ਕੋਈ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਤੁਹਾਡਾ ਪੱਖ ਸੁਣਨ ਦੇ ਲਈ? ਨਹੀਂ ਮੈਮ, ਹਾਲੇ ਤੱਕ ਤਾਂ ਇੱਦਾਂ ਦਾ ਕੁਛ ਨਹੀਂ ਹੋਇਆ। ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਕਿ ਇਹ ਇਨਵੈਸਟੀਗੇਸ਼ਨ ਨਾ ਬਿਠਾਉਣ, ਜਿਹੜੀ ਇਨਵੈਸਟੀਗੇਸ਼ਨ ਉਹਨਾਂ ਨੂੰ ਕਰਨੀ ਚਾਹੀਦੀ ਹੈ, ਠੀਕ ਹੈ, ਜਿਹਦੇ ਲਈ ਮੈਂ ਗਈ ਸੀ, ਉਹਨਾਂ ਨੂੰ ਮਿਲੀ ਸੀ, ਉਹ ਕੰਮ ਕਰਨ ਤਾਂ ਜ਼ਿਆਦਾ ਬੈਟਰ ਹੈ। ਬਾਕੀ ਜੇ ਮੇਰੇ ਨਾਲ ਵੀ ਇਨਵੈਸਟੀਗੇਸ਼ਨ ਬਿਠਾਉਣਾ ਚਾਹੁੰਦੇ, ਮੈਂ ਤਿਆਰ ਹਾਂ, ਮੈਂ ਰੈਡੀ ਹਾਂ, ਹਰ ਇੱਕ ਚੀਜ਼ ਦਾ ਆਨਸਰ ਦਊਂਗੀ ਉਹਨਾਂ ਨੂੰ। ਮੈਮ, ਕੱਲ੍ਹ ਤੁਸੀਂ MLA ਨੂੰ ਵੀ ਮਿਲੇ, ਹੋਰ ਵੀ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਲ ਰਹੇ ਹੋ, ਉਸ ਕੇਸ ਦੇ ਵਿੱਚ ਹੁਣ ਤੁਹਾਨੂੰ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ? ਕਿਉਂਕਿ ਇੱਕ ਅਜਿਹਾ ਮਾਮਲਾ ਸੀ, ਹਰ ਕੋਈ ਉਸ ਮਾਮਲੇ ਨੂੰ ਲੈ ਕੇ ਥੋੜ੍ਹਾ ਡਰਿਆ ਹੋਇਆ, ਹਰ ਇੱਕ ਦੇ ਘਰ ਦੇ ਵਿੱਚ ਬੱਚੇ ਹੁੰਦੇ ਨੇ, 4 ਸਾਲ ਦੀ ਮਾਸੂਮ ਬੱਚੀ ਸੀਗੀ ਜਿਸ ਦੇ ਨਾਲ ਰੇਪ ਦਾ ਖਦਸ਼ਾ ਪਰਿਵਾਰ ਦੇ ਵੱਲੋਂ ਜ਼ਾਹਿਰ ਕੀਤਾ ਗਿਆ ਤੇ ਉਸਦੀ ਮ੍ਰਿਤਕ ਦੇ ਬੈੱਡ ਬਾਕਸ ਦੇ ਵਿੱਚੋਂ ਮਿਲੀ ਸੀਗੀ, ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਅਫੀਸ਼ੀਅਲਸ ਦੇ ਵੱਲੋਂ ਹੁਣ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ? ਮੈਂ ਕੱਲ੍ਹ ਵੀ SHO ਨਾਲ ਫੋਨ ਤੇ ਗੱਲ ਕੀਤੀ ਸੀ, ਉਹ ਕਹਿੰਦੇ ਕਿ ਹਲੇ ਵੀ ਨਹੀਂ, ਮਤਲਬ ਟੀਮ ਗਈ ਹੋਈ ਹੈ ਉੱਥੇ, ਲੇਕਿਨ ਉਸ ਤੋਂ ਅੱਗੇ ਨਹੀਂ ਹਲੇ ਕੋਈ ਅਪਡੇਟ ਹੈਗੀ। MLA ਨੂੰ ਮਿਲੀ ਹੈ, MLA ਨੂੰ ਮਿਲ ਕੇ ਮੈਂ ਸਾਰੀ ਗੱਲਬਾਤ ਕੀਤੀ ਹੈ, ਹੋਰ ਜਿਹੜੀ ਉਹਦੀ ਇੱਕ ਪਿੱਕ ਹੈ, ਜਿਹੜਾ ਮਤਲਬ ਬੰਦਾ ਕੰਮ ਹਾਂਜੀ ਆਰੋਪੀ, ਉਹਦੀ ਇੱਕ ਪਿੱਕ ਰਿਲੀਜ਼ ਹੋਈ ਹੈ, ਕਰਾਈ ਹੈ ਮੈਂ, ਹੋਈ ਹੈ, ਸਾਰਿਆਂ ਨੇ ਮਿਲ ਕੇ ਕਰਾਈ ਹੈ, ਠੀਕ ਹੈ, ਅਤੇ ਉਹਦੇ 'ਤੇ 2 ਲੱਖ ਦਾ ਇਨਾਮ ਵੀ ਰੱਖਿਆ, ਕੱਲ੍ਹ ਇੰਨਾ ਹੀ ਕੰਮ ਹੋਇਆ ਜੀ। ਮੈਮ, ਇਹ ਤਾਂ ਆਪਾਂ ਕੇਸ 'ਤੇ ਗੱਲਬਾਤ ਕੀਤੀ, ਹੁਣ ਤੁਹਾਡੀ NGO ਦੇ ਬਾਰੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਹਾਡੀ NGO ਜਿਸ ਦਾ ਨਾਮ ਚਾਈਲਡ ਵੈਲਫੇਅਰ ਸੁਸਾਇਟੀ ਹੈ, ਇਹ ਕਦੋਂ ਸ਼ੁਰੂਆਤ ਹੁੰਦੀ ਹੈ? ਕਿਉਂਕਿ ਜੇ ਆਪਾਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਇੱਕ ਫੂਡ ਕਾਰਟ ਲਗਾਉਂਦੇ ਸੀਗੇ, ਫੂਡ ਕਾਰਟ ਤੋਂ ਸ਼ੁਰੂਆਤ ਕੀਤੀ ਸੀ, ਫੇਮਸ ਸੀਗੇ ਤੁਸੀਂ ਕਾਫੀ ਜਲੰਧਰ ਦੇ ਵਿੱਚ, ਕਿ ਇੱਕ ਲਾਇਰ ਬੀਬੀ ਜਿਹੜੀ ਆ ਉਹ ਫੂਡ ਕਾਰਟ ਲਗਾਉਂਦੀ ਹੈ, ਤਾਂ NGO ਦੀ ਸ਼ੁਰੂਆਤ ਕਿਵੇਂ ਹੋਈ ਸੀ? ਮੈਮ, ਤੁਸੀਂ ਜੇ ਨੋਟਿਸ ਕੀਤਾ ਹੋਊਗਾ ਤੇ ਪਹਿਲਾਂ ਜਦੋਂ ਮੇਰੇ ਜਿੰਨੇ ਵੀ ਇੰਟਰਵਿਊ ਹੋਏ ਆ, ਮੈਂ ਹਰ ਇੰਟਰਵਿਊ 'ਚ ਆਪਣੇ ਦਿਲ ਦੀ ਗੱਲ ਇਹੀ ਰੱਖੀ ਹੈ ਕਿ ਮੈਂ ਨਿੱਕੇ ਨਿੱਕੇ ਬੱਚਿਆਂ ਦੇ ਲਈ ਕੰਮ ਕਰਨਾ ਚਾਹੁੰਦੀ ਹਾਂ। NGO ਬਣਾਉਣ ਦਾ, ਕ੍ਰੀਏਟ ਕਰਨ ਦਾ ਪਰਪਸ ਸਿਰਫ ਇਹੀ ਹੈ। NGO ਤੋਂ ਬਹੁਤ ਹੈ, ਮੈਂ ਬਹੁਤ ਦੇਖੇ ਹੈ, ਠੀਕ ਹੈ, ਬਟ ਉਹ ਮੇਰੀ ਇੱਕ ਆਈਡੈਂਟੀ ਹੈ, NGO ਮੇਰੀ ਇੱਕ ਆਈਡੈਂਟੀ ਹੈ ਕਿ ਮੈਂ ਕਿਸੇ ਦੇ ਲਈ ਫਾਈਟ ਕਰਨਾ ਚਾਹੁੰਦੀ ਹਾਂ। ਜਦੋਂ ਮੈਂ ਜਾਣਦੀ ਸੀ ਨਾ, ਤਾਂ ਮੇਰੇ ਤੋਂ ਇੱਕ ਕੁਐਸਚਨ ਪੁੱਟ ਕੀਤਾ ਜਾਂਦਾ ਸੀ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਠੀਕ ਹੈ, ਅਤੇ ਮੇਰੇ ਨਾਲ ਕਿਉਂ ਗੱਲ ਕਰ ਰਹੇ ਹੋ। ਉਹ NGO ਬਣਾਉਣ ਦਾ ਸਿਰਫ ਪਰਪਸ ਇਹੀ ਹੈ, ਉਹ ਮੇਰੀ ਆਈਡੈਂਟੀ ਹੈ ਕਿ ਮੇਰਾ ਇਹ NGO ਹੈ, ਕਿਉਂਕਿ ਬੀਇੰਗ ਹੈ ਹਿਊਮਨ, ਤਾਂ ਤੁਹਾਨੂੰ ਜਿੱਦਾਂ ਇੱਕ NGO ਪਰਸਨ ਨੂੰ ਵੀ ਬਾਹਰ ਕੱਢਿਆ, ਮਤਲਬ ਧੱਕੇ ਮਾਰ ਕੇ, ਅਤੇ ਉੱਦਾਂ ਵੀ ਉਹ ਕਰਦੇ ਆ, ਹੁਣ ਵੀ ਕਰਦੇ ਆ, ਕੁਛ ਫਰਕ ਨਹੀਂ ਪਿਆ, ਬਟ ਉਹ ਮੇਰੀ ਆਈਡੈਂਟੀ ਹੈ, 1.5 ਈਅਰ ਸਮਥਿੰਗ ਹੋ ਗਿਆ ਉਹਨੂੰ ਕ੍ਰੀਏਟ ਕਰਨ ਦਾ। ਮੈਮ, 1.5 ਸਾਲ ਹੋ ਚੁੱਕਿਆ ਹੈ ਤੁਸੀਂ ਇਸ NGO ਨੂੰ ਚਲਾ ਰਹੇ ਹੋ, ਇਸ ਤੋਂ ਪਹਿਲਾਂ ਵੀ ਕਿਸੇ ਕੇਸ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ, ਕਿਸੇ ਬੱਚਿਆਂ ਦੇ ਨਾਲ ਇਨਸਾਫ ਦਿਵਾਉਣ ਦੇ ਲਈ ਕਿਸੇ ਹੋਰ ਕੇਸ ਦੇ ਵਿੱਚ ਵੀ ਗਏ ਹੋ? ਹਾਂਜੀ ਮੈਮ, ਮੈਂ ਗਈ ਹਾਂ, ਇੱਕ ਕੇਸ ਹੋਇਆ ਸੀ ਕਰਤਾਰਪੁਰ ਥਾਣੇ, FIR ਸੀ ਉਹਦੀ, ਉਹ ਵੀ ਪ੍ਰਵਾਸੀ ਸੀਗੇ, ਹੁਣ ਹਜੇ ਤੱਕ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਉਹ ਕੇਸ ਉੱਥੇ ਇੱਕ ਸੁਖਪਾਲ, ਜਦੋਂ SHO ਹੁੰਦੇ ਸੀ, ਸਰ ਸੁਖਪਾਲ, ਮੈਨੂੰ ਮਤਲਬ ਉਹਨਾਂ ਦਾ ਨਾਮ ਪੂਰਾ ਨਹੀਂ ਪਤਾ, ਕਰਤਾਰਪੁਰ ਥਾਣੇ, ਉਸ ਟਾਈਮ ਤੋਂ ਉਹ ਕੇਸ ਸ਼ੁਰੂ ਹੋਇਆ ਸੀ, ਅੱਜ ਵੀ ਉਹ ਕੇਸ ਚੱਲ ਰਿਹਾ ਹੈ। ਉੱਥੇ ਇੱਕ ਡੋਂਗਰੀ ਕਰਕੇ SHO ਹੁੰਦੇ ਸੀ, ਡੋਂਗਰੀ, ਉਹਨਾਂ ਨੇ ਵੀ ਮੇਰੇ ਨਾਲ ਬਦਤਮੀਜ਼ੀ ਕੀਤੀ ਸੀ, ਬਟ ਉਹ
ਰਿਕਾਰਡ ਨਹੀਂ ਹੈ ਮੇਰੇ ਕੋਲ, ਮੈਂ ਤੁਹਾਨੂੰ ਦਿਖਾ ਨਹੀਂ ਸਕਦੀ। ਉਹਨਾਂ ਨੇ ਵੀ ਮੈਨੂੰ ਇੱਦਾਂ ਹੀ ਧੱਕੇ ਮਾਰ ਕੇ ਬਾਹਰ ਕੱਢਿਆ ਸੀ, ਬਟ ਉਸ ਕੇਸ ਨੂੰ ਵੀ ਨਿਆਂ ਇਨਸਾਫ ਨਹੀਂ ਮਿਲਿਆ ਸੀ। ਅੱਜ ਵੀ ਨੀਅਰ ਅਬਾਊਟ 2 ਈਅਰ ਸਮਥਿੰਗ ਹੋ ਗਏ ਉਸ ਕੇਸ ਨੂੰ, ਠੀਕ ਹੈ, ਉਸ ਨੂੰ ਵੀ ਇਨਸਾਫ ਨਹੀਂ ਮਿਲਿਆ ਸੀ ਔਰ ਇਹ ਵੀ ਕੇਸ ਤੁਹਾਡੇ ਸਾਹਮਣੇ ਹੈ। ਮੇਰਾ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਸਿਸਟਮ ਨੂੰ ਕਹਿਣਾ ਸਿਰਫ ਇਹੀ ਹੈ ਕਿ ਜਿਹੜੀ ਨੋਰਮਲ ਆਮ ਚੀਜ਼ਾਂ ਜਾਂ ਉਹਨਾਂ ਨੂੰ ਨਿੱਕੀ ਜਿਹੀ ਗੱਲ 'ਤੇ ਇੰਨੇ ਮਤਲਬ SHO ਪਲੇਸ 'ਤੇ ਬੈਠੇ ਹੈ, ਉਹਨਾਂ ਇੰਨੀ ਜਲਦੀ ਉਹਨਾਂ ਨੂੰ ਗੁੱਸਾ ਆ ਜਾਂਦਾ ਜਾਂ ਹਾਈਪਰ ਹੋ ਜਾਂਦੇ ਜਾਂ ਉਹ ਕਹਿੰਦੇ ਕਿ ਮੈਨੂੰ ਪ੍ਰੋਵੋਕ ਕੀਤਾ ਜਾਂ ਪੋਕ ਕੀਤਾ। ਜੇ SHO ਪਰਸਨ ਇਸ ਗੱਲ 'ਤੇ ਪ੍ਰੋਵੋਕ ਹੋ ਜੂਗਾ, ਫਿਰ ਤਾਂ ਮੈਨੂੰ ਨਹੀਂ ਪਤਾ ਕਿ ਕਿੱਥੇ ਜਾਣਾ ਚਾਹੀਦਾ ਪਬਲਿਕ ਨੂੰ, ਠੀਕ ਹੈ। ਪਹਿਲੀ ਆਪਣੀ ਸਟੈਪ ਇਹੀ ਹੁੰਦੀ ਹੈ ਕਿ SHO ਜਾਂ ਪੁਲਿਸ ਸਟੇਸ਼ਨ ਇਹੀ ਹੁੰਦੀ ਹੈ, ਉੱਥੋਂ ਹੀ ਆਪਾਂ ਇਨਸਾਫ ਦੀ ਮੰਗ ਕਰਦੇ ਹਾਂ। ਜੇ ਇੱਦਾਂ ਦੇ ਪਰਸਨ ਇਸ ਕੁਸ਼ਚਨ 'ਤੇ ਮਤਲਬ ਐਗਰੈਸਿਵ ਹੋ ਜਾਂਦੇ ਆ, ਫਿਰ ਮੈਨੂੰ ਦੱਸ ਦਿਓ, ਸਿਸਟਮ ਦੱਸ ਦੇਵੇ ਕਿ ਕਿੱਥੇ ਜਾਣਾ ਚਾਹੀਦਾ ਪਬਲਿਕ ਨੂੰ, ਠੀਕ ਹੈ। ਉਹ ਕੇਸ ਵੀ ਇੱਦਾਂ ਹੀ ਪੈਂਡਿੰਗ ਪਿਆ ਹੈ ਔਰ ਆਈ ਥਿੰਕ ਸੋ ਇਹ ਵੀ ਇੱਦਾਂ ਹੀ ਰਹਿ ਜਾਣਾ। ਮੈਮ, ਪਰਿਵਾਰ ਨੇ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਸੀਗਾ ਕਿ ਤੁਹਾਨੂੰ ਇਨਸਾਫ ਦਵਾਇਆ ਜਾਵੇ, ਉਹਨਾਂ ਦੀ ਗੁਹਾਰ ਨਹੀਂ ਸੁਣੀ ਜਾ ਰਹੀ ਹੈ, ਉਹਨਾਂ ਦੀ ਆਵਾਜ਼ ਜਿਹੜੀ ਹੈ ਸੁਣਾਈ ਜਾਵੇ, ਪੁਲਿਸ ਮਹਿਕਮੇ ਦੇ ਨਾਲ ਗੱਲਬਾਤ ਕੀਤੀ ਜਾਵੇ, ਕਿ ਤੁਸੀਂ ਆਪਣੇ ਤੌਰ 'ਤੇ ਗਏ ਸੀਗੇ? ਫੈਮਿਲੀ ਬਹੁਤ ਹੀ ਇਨੋਸੈਂਟ ਹੈ, ਉਹਨਾਂ ਨੂੰ ਕੁਛ ਵੀ ਨਹੀਂ ਪਤਾ, ਬਹੁਤ ਮਤਲਬ ਬਹੁਤ ਹੀ ਜ਼ਿਆਦਾ ਸਿੱਧੇ ਬੰਦੇ ਹੈ ਉਹ, ਠੀਕ ਹੈ। ਨਾਲੇ ਉੱਥੇ ਪੋਲੀਟਿਕਸ ਹੋ ਰਹੀ ਹੈ ਉਸ ਕੇਸ ਦੇ ਉੱਤੇ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ, ਹੋਰ ਉਹ ਫੈਮਿਲੀ ਨੇ ਨਹੀਂ ਮੈਨੂੰ ਮਤਲਬ ਕਨੈਕਟ ਕੀਤਾ ਸੀ, ਮੈਂ ਨਿਊਜ਼ ਪੜ੍ਹੀ ਪੇਪਰ 'ਚ, ਫਿਰ ਮੈਂ ਜਾ ਕੇ ਉਹਨਾਂ ਨੂੰ ਪਰਸਨਲੀ ਮਿਲੀ ਸੀ। ਤੇ ਮੇਰੇ ਨਾਲ NGO ਦੇ ਜਿਹੜੇ ਸੰਚਾਲਕ ਨੇ ਨੇਹਾ ਸ਼ਰਮਾ, ਉਹ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਇੱਕ NGO ਚਲਾਉਂਦੇ ਨੇ ਅਤੇ ਬੱਚਿਆਂ ਨੂੰ ਇਨਸਾਫ ਦਵਾਉਣ ਦੇ ਲਈ ਉਹ ਲੜਾਈ ਲੜ ਰਹੇ ਨੇ। ਦੱਸ ਦਈਏ ਕਿ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ, SHO ਕੁਲਬੀਰ ਸਿੰਘ ਜੋ ਕਿ ਲੁਧਿਆਣਾ ਦੇ ਡਾਬਾ ਥਾਣੇ ਦੇ SHO ਨੇ, ਉਹਨਾਂ ਦੇ ਨਾਲ ਬਹਿਸਬਾਜ਼ੀ ਹੋ ਰਹੀ ਸੀਗੀ, ਇਸ ਮਹਿਲਾ ਦੀ ਜਿਹੜੀ ਹੈ ਬਹਿਸਬਾਜ਼ੀ ਹੋ ਰਹੀ ਸੀ ਉਸ SHO ਦੇ ਨਾਲ, ਜਿਸ ਤੋਂ ਬਾਅਦ ਦੋਵੇਂ ਪੱਖ ਦਾ ਬਿਆਨ ਸਾਹਮਣੇ ਆਇਆ, ਮਹਿਲਾ ਦਾ ਪੱਖ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੈ, ਅਤੇ SHO ਦਾ ਬਿਆਨ ਪਹਿਲਾਂ ਹੀ ਸਾਹਮਣੇ ਆ ਚੁੱਕਿਆ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਭੜਕਾਇਆ ਗਿਆ, ਉਹਨਾਂ ਨੂੰ ਥਾਣੇ ਦਾ ਘਿਰਾਅ ਕਰਨ ਦੀ ਧਮਕੀ ਦਿੱਤੀ ਗਈ, ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਅਜਿਹਾ ਕੀਤਾ ਗਿਆ ਸੀ। ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕੀ ਰਣਨੀਤੀ ਰਹਿੰਦੀ ਹੈ, ਅਗਲੀ ਕੀ ਕਾਰਵਾਈ ਹੁੰਦੀ ਹੈ, ਵੇਖਣਾ ਹੋਵੇਗਾ। ਉੱਥੇ ਦੱਸ ਦਈਏ ਕਿ ਮੇਰੇ ਨਾਲ ਗੱਲਬਾਤ ਕਰਨ ਦੇ ਲਈ NGO ਦੇ ਜਿਹੜੇ ਸੰਚਾਲਕ ਸੀ ਨੇਹਾ ਸ਼ਰਮਾ, ਉਹ ਮੌਜੂਦ ਸੀਗੇ। ਕੈਮਰਾਮੈਨ ਤਰੁਣ ਦੇ ਨਾਲ ਅੰਜ ਚੱਡਾ, ਪੰਜਾਬ ਬੁਲਟਿਨ, ਜਲੰਧਰ।